हाँ जी प्यारे विद्यार्थियों, पीए भाग पहला जिहड़े विद्यार्थी पंजाबी यूनिवर्सिटी पटियाला दे सिलेबस दे विच बीए भाग पहला कर रहे ने, बीए भाग पहला दे पहले सेमेस्टर दे पंजाबी साहित्य दे विद्यार्थियों नू खास तौर ते मुखातब। आधुनिक पंजाबी कविता जो काव्य संग्रह तुहाडे सिलेबस का हिस्सा है, उस दे विच्चों अज असी 8वां कवि अमृता प्रीतम जो कि पंजाब की सुप्रसिद्ध कवित्री है, उसकी जीवन नाल उसकी रचना शैली दे नाल जिथे आपां सांझ पावांगे, उहदे नाल उहदियां जो कवितावां तुहाडे सिलेबस का हिस्सा ने उन्हां कवितावां दे बारे भी आपां कविता पाठ भी करांगे और उसनूं समझण दी समझाउण दी कोशिश भी करांगे। तो अमृता प्रीतम पंजाबी साहित्य की एक अजिही कवित्री है जिसनों भारत का सुप्रसिद्ध ज्ञान पीठ पुरस्कार हासिल है। और खास गल ये कि ज्ञान पीठ पुरस्कार पंजाबी का जड़ा पहले साहित्यकार नूं जड़ा मिलना है वो अमृता प्रीतम दे हिस्से आया। ज्ञान पीठ पुरस्कार प्यारे विद्यार्थियों हिंदुस्तान का ऐसा एक पुरस्कार है जड़ा ਵੱਖ-ਵੱਖ ਭਾਸ਼ਾਵਾਂ ਦੇ ਸਾਹਿਤਕਾਰਾਂ ਦੇ ਕੰਮ ਨੂੰ ਦੇਖਦੇ ਹੋਏ ਹਰ ਸਾਲ ਕਿਸੇ ਨਾ ਕਿਸੇ ਵਿਸ਼ੇਸ਼ ਸਾਹਿਤਕਾਰ ਨੂੰ ਉਸ ਦੀ ਸਾਹਿਤਿਕ ਘਾਲਣਾ ਦੇ ਇਵਜ਼ ਦੇ ਵਿੱਚ ਦਿੱਤਾ ਜਾਂਦਾ। ਤਾਂ ਅਮਰਤਾ ਪ੍ਰੀਤਮ ਨੂੰ ਉਹ ਗਿਆਨਪੀਠ ਪੁਰਸਕਾਰ ਹਾਸਲ ਹੈ ਜੋ ਕਿ ਪਹਿਲੀ ਪੰਜਾਬੀ ਕਹਿ ਸਕਦੇ ਪਹਿਲਾ ਇੱਕ ਪੰਜਾਬੀ ਸਾਹਿਤਕਾਰ ਸੀ ਜਿਸ ਨੂੰ ਗਿਆਨਪੀਠ ਪੁਰਸਕਾਰ ਮਿਲਿਆ। ਤੇ ਉਸ ਤੋਂ ਬਾਅਦ ਜੇ ਮੈਂ ਤੁਹਾਨੂੰ ਯਾਦ ਕਰਾਵਾਂ ਤਾਂ ਉਹ ਨਾਵਲਕਾਰ ਪ੍ਰੋਫੈਸਰ ਗੁਰਦਿਆਲ ਸਿੰਘ ਨੇ ਜਿਨ੍ਹਾਂ ਨੂੰ ਦੂਜਾ ਜਿਹੜਾ ਹੈ ਸਾਹਿਤ ਦਾ ਇਹ ਸਭ ਤੋਂ ਵੱਡਾ ਪੁਰਸਕਾਰ ਗਿਆਨਪੀਠ ਪੁਰਸਕਾਰ ਜਿਹੜਾ ਉਹ ਮਿਲਿਆ। ਸੋ ਮੈਂ ਜਿਸ ਕਾਲਜ ਦਾ ਪ੍ਰਾਧਿਆਪਕ ਹਾਂ, ਜਿਸ ਕਾਲਜ ਨੂੰ ਸਮਰਪਿਤ ਹਾਂ, ਯੂਨੀਵਰਸਿਟੀ ਕਾਲਜ ਜੈਤੋ, ਤਾਂ ਯੂਨੀਵਰਸਿਟੀ ਕਾਲਜ ਜੈਤੋ ਉਸ ਇਤਿਹਾਸਿਕ ਕਸਬੇ ਦੇ ਵਿੱਚ ਸਥਿਤ ਆ ਜਿੱਥੇ ਪ੍ਰੋਫੈਸਰ ਗੁਰਦਿਆਲ ਸਿੰਘ ਨੇ ਜਨਮ ਲਿਆ ਤੇ ਜਿੱਥੋਂ ਦੇ ਲੋਕਾਂ ਦੇ ਵਿੱਚੋਂ ਪ੍ਰੋਫੈਸਰ ਗੁਰਦਿਆਲ ਸਿੰਘ ਨੇ ਪਾਤਰ ਚੁਣਦੇ ਹੋਏ ਆਪਣੀ ਸਾਹਿਤ ਰਚਨਾ ਕੀਤੀ। ਤਾਂ ਗੱਲ ਕਰ ਰਹੇ ਸੀ ਅੰਮ੍ਰਿਤਾ ਪ੍ਰੀਤਮ ਦੀ। ਅੰਮ੍ਰਿਤਾ ਪ੍ਰੀਤਮ ਦਾ ਜਿਹੜਾ ਜਨਮ ਹੈ ਉਹ 31 ਅਗਸਤ 1919 ਨੂੰ ਗਿਆਨੀ ਕਰਤਾਰ ਸਿੰਘ ਹਿਤਕਾਰੀ ਦੇ ਘਰ ਗੁਜਰਾਲੇ 'ਚ ਹੁੰਦਾ ਹੈ। ਉਹਨੇ ਆਪਣੀ ਬਚਪਨ ਤੇ ਜਵਾਨੀ ਜਿਹੜੀ ਹੈ ਉਹ ਲਾਹੌਰ ਦੇ ਵਿੱਚ ਗੁਜ਼ਾਰੀ ਤੇ ਇੱਥੇ ਹੀ ਉਹਨਾਂ ਦਾ ਜਿਹੜਾ ਵਿਆਹ ਹੋ ਜਾਂਦਾ ਹੈ। ਤੇ 1947 ਤੱਕ ਉਹ ਲਾਹੌਰ ਰੇਡੀਓ ਲਈ ਗੀਤ ਸੰਗੀਤ ਰੂਪਕ ਤੇ ਪੰਜਾਬੀ ਪੁਸਤਕ ਪੜਚੋਲ ਆਦਿ ਲਿਖਣ ਦਾ ਕੰਮ ਵੀ ਜਿਹੜਾ ਹੈ ਉਹ ਕਰਦੇ ਰਹੇ। ਤੇ ਜਦੋਂ 1947 ਦੇ ਵਿੱਚ ਦੇਸ਼ ਦੀ ਵੰਡ ਹੁੰਦੀ ਹੈ ਤਾਂ ਇਸ ਵੰਡ ਤੋਂ ਜਿਹੜਾ ਬਾਅਦ ਪਹਿਲਾਂ ਉਹ ਦੇਹਰਾਦੂਨ ਆਪਣੀ ਜਿਹੜੀ ਹੈ ਉਹਨਾਂ ਦੇ ਮਾਂ ਬਾਪ ਦੇਹਰਾਦੂਨ ਚਲੇ ਜਾਂਦੇ, ਉਸ ਤੋਂ ਬਾਅਦ ਉਹ ਦਿੱਲੀ ਦੇ ਵਿੱਚ ਆ ਕੇ ਰਹਿਣ ਲੱਗਦੇ ਹੈ। ਤੇ ਇੱਥੇ ਹੀ ਉਹ ਆਲ ਇੰਡੀਆ ਰੇਡੀਓ ਦਿੱਲੀ ਦੇ ਵਿੱਚ ਅਨਾਉਂਸਰ ਤੇ ਸਕ੍ਰਿਪਟ ਰਾਈਟਰ ਵਜੋਂ ਕੰਮ ਕਰਨ ਲੱਗਦੇ ਹੈ ਅੰਮ੍ਰਿਤਾ ਪ੍ਰੀਤਮ। ਤੇ ਕੁਝ ਚਿਰ ਮਗਰੋਂ ਨੌਕਰੀ ਛੱਡ ਕੇ ਉਹ ਬੰਬਈ ਜਿਹੜੇ ਹੈ ਉਹ ਸ਼ਿਫਟ ਹੋ ਜਾਂਦੇ ਚਲੇ ਜਾਂਦੇ। ਤੇ ਫਿਰ ਉਹ ਜੀਵਨ ਦੇ ਅੰਤ ਤੱਕ ਦਿੱਲੀ ਦੇ ਵਿੱਚ ਆ ਕੇ ਹੀ ਰਹਿੰਦੇ ਹੈ। ਉਹਨਾਂ ਨੇ ਨਾਗਮਣੀ ਨਾਂ ਦਾ ਇੱਕ ਸਾਹਿਤਕ ਮਾਸਿਕ ਪੱਤਰ ਵੀ ਸ਼ੁਰੂ ਕੀਤਾ ਕਿਉਂਕਿ ਉਹ ਨਾਗਮਣੀ ਪ੍ਰਕਾਸ਼ਨ ਚਲਾਉਂਦੇ ਸੀ। ਤੇ ਉਸਨੇ ਬਹੁਤ ਸਾਰੇ ਸਮਾਜਵਾਦੀ ਦੇਸ਼ਾਂ ਦੀ ਸੈਰ ਵੀ ਕੀਤੀ। ਉਹਨਾਂ ਦੇ ਪਿਤਾ ਦੀ ਪ੍ਰੇਰਣਾ ਸਦਕਾ ਅੰਮ੍ਰਿਤਾ ਨੇ ਕਵਿਤਾਵਾਂ ਲਿਖਣੀਆਂ ਜਿਹੜੀਆਂ ਸ਼ੁਰੂ ਕੀਤੀਆਂ ਤੇ ਉਹਨਾਂ ਦਾ ਦਿਲ ਵਧਾਉਣ ਲਈ ਉਹਨਾਂ ਦੇ ਪਿਤਾ ਨੇ ਉਹਨਾਂ ਦੀਆਂ ਕਵਿਤਾਵਾਂ ਮਾਸਿਕ ਪੱਤਰ ਰਣਜੀਤ ਨਗਾਰਾ ਵਿੱਚ ਵੀ ਛਾਪੀਆਂ। ਉਸਦੀ ਇਸ ਸਮੇਂ ਦੀਆਂ ਰਚਨਾਵਾਂ ਧਾਰਮਿਕ ਤੇ ਰਵਾਇਤੀ ਰੰਗਣ ਵਾਲੀਆਂ ਹੁੰਦੀਆਂ ਸੀ ਜਿਵੇਂ ਜਿਵੇਂ ਕਿ ਸ਼ੁਰੂ 'ਚ ਹੁੰਦਾ ਹੈ। ਹੌਲੀ ਹੌਲੀ ਉਸਦੀ ਕਲਾ ਨੇ ਹੋਰ ਵਿਕਾਸ ਕੀਤਾ ਤੇ ਜੀਵਨ ਪ੍ਰਤੀ ਉਸਦਾ ਦ੍ਰਿਸ਼ਟੀਕੋਣ ਜਿਹੜਾ ਹੈ ਉਹ ਬਦਲਣਾ ਸ਼ੁਰੂ ਹੋ ਗਿਆ। ਉਸਦੇ ਵਿਚਾਰ ਖੇਤਰ ਦਾ ਘੇਰਾ ਜਿਹੜਾ ਹੋਰ ਚੌੜਾ ਹੁੰਦਾ ਗਿਆ ਤੇ ਉਹ ਕਵਿਤਰੀ ਤੋਂ ਵੱਧ ਕੇ ਪੰਜਾਬ ਦੀ ਇੱਕ ਆਵਾਜ਼ ਹੋ ਨਿਬੜੀ। ਤੇ 31 ਅਕਤੂਬਰ 2005 ਨੂੰ ਇਹ ਮਹਾਨ ਕਵਿਤਰੀ ਸਾਡੇ ਕੋਲੋਂ ਸਦੀਵੀ ਤੌਰ ਤੇ ਵਿਦਾ ਹੋ ਜਾਂਦੀ ਹੈ।
ਜਿੱਥੋਂ ਤੱਕ ਅੰਮ੍ਰਿਤਾ ਪ੍ਰੀਤਮ ਦੀ ਰਚਨਾ ਤੇ ਕਾਵਿ ਕਲਾ ਦੀ ਗੱਲ ਹੈ, ਅੰਮ੍ਰਿਤਾ ਦੀ ਰਚਨਾ ਤੇ ਕਾਵਿ ਕਲਾ ਬਾਰੇ ਗੱਲ ਕਰਦਿਆਂ ਅਸੀਂ ਕਹਿ ਸਕਦੇ ਹਾਂ ਕਿ ਪਹਿਲਾ ਪੜਾਅ ਜਿਹੜਾ ਹੈ 1935 ਤੋਂ 1939 ਤੱਕ ਦਾ ਹੈ। ਇਸ ਸਮੇਂ 'ਚ ਉਸਨੇ ਠੰਡੀਆਂ ਕਿਰਨਾਂ ਤੇ ਅੰਮ੍ਰਿਤ ਲਹਿਰਾਂ ਇਹ ਦੋ ਕਾਵਿ ਸੰਗ੍ਰਹਿ ਜਿਹੜੇ ਪੰਜਾਬੀ ਸਾਹਿਤ ਨੂੰ ਦਿੱਤੇ। ਇਸ ਕਵਿਤਾ ਦੀ ਜਿਹੜੀ ਕਲਾਤਮਕ ਪੱਧਰ ਹੈ, ਕਿਉਂਕਿ ਸ਼ੁਰੂਆਤੀ ਦੌਰ ਸੀ, ਉਸ ਪੱਧਰ ਦੀ ਨਹੀਂ ਹੈ, ਕੁਝ ਨੀਵੇਂ ਪੱਧਰ ਦੀ ਹੈ। ਤੇ ਇਹਦੇ ਵਿਸ਼ੇ ਵਿੱਚ ਜਿਹੜੇ ਵਿਸ਼ੇ ਲਏ ਗਏ ਹੈਗੇ ਆ, ਉਹ ਵੀ ਧਾਰਮਿਕ ਤੇ ਸਦਾਚਾਰਕ ਵਿਸ਼ੇ ਜਿਹੜੇ ਆ ਉਹ ਲਏ ਗਏ ਆ। ਤੇ ਇਹਦਾ ਜਿਹੜਾ ਕਹਿ ਸਕਦੇ ਹਾਂ ਕਿ ਲਿਖਣ ਦਾ ਢੰਗ ਹੈ, ਉਹ ਵੀ ਰਵਾਇਤੀ ਕਿਸਮ ਦਾ ਹੈ। ਉਨਤਾਲੀ ਤੋਂ ਲੈ ਕੇ ਤੇ 1946 ਤੱਕ ਦਾ ਜਿਹੜਾ ਸਮਾਂ ਹੈ ਉਹ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਦਾ ਦੂਜਾ ਪੜਾਅ ਅਸੀਂ ਕਹਿ ਸਕਦੇ ਹਾਂ। ਇਸ ਕਾਲ 'ਚ ਉਹਨੇ 7 ਕਾਵਿ ਸੰਗ੍ਰਹਿ ਜਿਹੜੇ ਆ ਪੰਜਾਬੀ ਸਾਹਿਤ ਨੂੰ ਦਿੱਤੇ ਆ, ਜਿਹਦੇ 'ਚ 1939 ਦੇ ਵਿੱਚ ਜਿਉਂਦਾ ਜੀਵਨ, 1941 ਦੇ ਵਿੱਚ ਤ੍ਰੇਲ ਧੋਤੇ ਫੁੱਲ, 1942 ਦੇ ਵਿੱਚ ਉਹ ਗੀਤਾਂ ਵਾਲਿਆ, ਤੇ ਉਸ ਤੋਂ ਬਾਅਦ 1943-44 ਦੇ ਵਿੱਚ ਸਾਂਝ ਦੀ ਲਾਲੀ, 1944 'ਚ ਲੋਕ ਪੀੜ, ਤੇ 1946 ਦੇ ਵਿੱਚ ਪੱਥਰ ਗੀਟੇ ਨਾਂ ਦੇ ਕਾਵਿ ਸੰਗ੍ਰਹਿ ਅੰਮ੍ਰਿਤਾ ਪੰਜਾਬੀ ਸਾਹਿਤ ਨੂੰ ਦਿੰਦੀ ਦੇਖੀ ਜਾ ਸਕਦੀ ਹੈ। ਇਸ ਕਾਲ ਦੇ ਵਿੱਚ ਅੰਮ੍ਰਿਤਾ ਪ੍ਰੀਤਮ ਦੀ ਸ਼ਖਸੀਅਤ ਦਾ ਬਹੁਤ ਵਿਕਾਸ ਹੋਇਆ ਤੇ ਨਵੀਂ ਚੇਤਨਾ ਤੇ ਨਵੇਂ ਆਦਰਸ਼ ਜਿਹੜੇ ਹੈ ਉਹਨਾਂ ਨੂੰ ਆਪਣੀ ਕਵਿਤਾ ਦੇ ਵਿੱਚ ਲੈ ਕੇ ਆਉਂਦੀ ਹੈ, ਜਿਹਦੇ ਵਿੱਚ ਯਥਾਰਥਵਾਦੀ ਰੰਗਤ ਜਿਹੜੀ ਹੈ ਉਹ ਦੇਖਣ ਨੂੰ ਮਿਲਦੀ ਹੈ। ਲੋਕ ਪੀੜ ਤੇ ਪੱਥਰ ਗੀਟੇ ਇਸ ਕਾਲ ਦੇ ਉਸਦੇ ਉੱਤਮ ਕਾਵਿ ਸੰਗ੍ਰਹਿ ਜਿਹੜੇ ਆ ਮੰਨੇ ਜਾਂਦੇ ਆ। ਉਹ ਨਿੱਜੀ ਪਿਆਰ ਤੋਂ ਉੱਪਰ ਉੱਠ ਕੇ ਲੋਕ ਪੀੜਾ ਨੂੰ ਅਨੁਭਵ ਕਰਦੀ ਹੈ ਤੇ ਉਸਦਾ ਧਿਆਨ ਸਮਾਜ ਦੇ ਉਸਰੱਈਆਂ ਤੇ ਕਿਰਤਿਆਂ ਕੰਮਾਂ ਵੱਲ ਜਾਣਾ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਹੌਲੀ ਹੌਲੀ ਵਿਕਾਸ ਕਰਦੀ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਆਪਣਾ ਮੁਕਾਮ ਹਾਸਲ ਕਰਦੀ ਹੈ। ਔਰ ਸਮੁੱਚੇ ਤੌਰ ਤੇ ਜੇ ਆਪਾਂ ਇਹ ਕਹਿ ਲਈਏ ਕਿ ਅੰਮ੍ਰਿਤਾ ਪ੍ਰੀਤਮ ਇਸਤਰੀ ਦੀ ਆਵਾਜ਼ ਹੈ, ਉਸਨੇ ਜਨ ਸਧਾਰਨ ਦੇ ਦੁੱਖਾਂ ਦਾ ਅਹਿਸਾਸ ਕੀਤਾ ਹੈ, ਪਰੰਤੂ ਇਸ ਸਰਮਾਏਦਾਰੀ ਸਮਾਜ ਦੇ ਵਿੱਚ ਇਸਤਰੀ ਦੀ ਦੁਰਦਸ਼ਾ ਬਾਰੇ ਵਿਖਿਆਨ ਪੇਸ਼ ਕਰਦਿਆਂ ਉਸਦੀ ਕਲਮ ਸਿਖਰ ਨੂੰ ਛੂੰਹਦੀ ਦੇਖੀ ਜਾ ਸਕਦੀ ਹੈ। ਉਹਦੇ ਵਿੱਚ ਅਤਿਅੰਤ ਬਲ ਹੈ, ਉਹਦੇ ਵਿੱਚ ਵਿਅੰਗ ਵੀ ਹੈ, ਉਹਦੇ ਵਿੱਚ ਨਿਹੋਰੇ ਵੀ ਹੈ। ਇਸ ਤੋਂ ਇਲਾਵਾ ਉਸਨੇ ਕਈ ਖੂਬਸੂਰਤ ਗੀਤ ਵੀ ਜਿਹੜੇ ਆ ਉਹ ਲਿਖੇ ਆ। ਅੰਮ੍ਰਿਤਾ ਪ੍ਰੀਤਮ ਸਾਹਿਤਕਾਰੀ ਦੇ ਵਿੱਚ ਕੇਵਲ ਕਵਿਤਾ ਤੱਕ ਹੀ ਸੀਮਿਤ ਨਹੀਂ ਰਹਿੰਦੀ, ਕਵਿਤਾ ਤੋਂ ਇਲਾਵਾ ਅੰਮ੍ਰਿਤਾ ਪ੍ਰੀਤਮ ਨੇ ਨਾਵਲ ਤੇ ਕਹਾਣੀਆਂ ਵੀ ਰਚੀਆਂ। ਇਹਨਾਂ ਦੇ ਵਿਸ਼ੇ ਕਵਿਤਾਵਾਂ ਵਾਲੀ ਹੈ, ਜਿਵੇਂ ਡਾਕਟਰ ਦੇਵ, ਪਿੰਜਰ, ਆਲਣਾ, ਅਬੂ, ਇੱਕ ਸਵਾਲ, ਬੰਦ ਦਰਵਾਜ਼ਾ, ਰੰਗ ਦਾ ਪੱਤਾ, ਇੱਕ ਸੀ ਨੀਤਾ, ਇਹ ਉਹਦੇ ਪ੍ਰਸਿੱਧ ਨਾਵਲਾਂ ਦੇ ਨਾਂ ਹੈ। ਇਸੇ ਪ੍ਰਕਾਰ ਉਹਨੇ ਪੰਜਾਬੀ ਸਾਹਿਤ 'ਚ ਬਹੁਤ ਕੁਝ ਲਿਖਿਆ, ਜਿਸ ਕਰਕੇ ਪੰਜਾਬੀ ਸਾਹਿਤ ਨੂੰ ਉਸਦੀ ਦੇਣ ਮਹੱਤਵਪੂਰਨ ਮੰਨੀ ਜਾ ਸਕਦੀ ਹੈ। ਇਹ ਸੀ ਅੰਮ੍ਰਿਤਾ ਪ੍ਰੀਤਮ ਦੇ ਜੀਵਨ ਬਾਰੇ, ਉਸਦੀ ਸਾਹਿਤਕ ਘਾਲਣਾ ਬਾਰੇ ਕੁਝ ਗੱਲਾਂ। ਆਓ ਆਪਾਂ ਪਿਆਰੇ ਵਿਦਿਆਰਥੀਓ ਜਾਣੇ ਆ ਉਸਦੀ ਕਵਿਤਾ ਵੱਲ। ਪਹਿਲੀ ਉਹਦੀ ਕਵਿਤਾ ਹੈ ਲੋਕ ਪੀੜ। ਲੋਕ ਪੀੜ ਕਵਿਤਾ ਦੇ ਵਿੱਚ ਅੰਮ੍ਰਿਤਾ ਕੀ ਲਿਖਦੀ ਹੈ? ਤ੍ਰਾਟ ਤ੍ਰਾਟ ਅੱਜ ਨੈਣ ਸਮੇਂ ਦੇ, ਚਿੱਲੂ ਚਿੱਲੂ ਉਹਦੇ ਪੈਰ, ਦੇਸ ਦੇਸ ਦਾ, ਕੌਮ ਕੌਮ ਦਾ, ਮਨੁੱਖ ਮਨੁੱਖ ਦਾ ਵੈਰ। ਤ੍ਰਾਟ ਤ੍ਰਾਟ ਅੱਜ ਨੈਣ ਸਮੇਂ ਦੇ, ਚਿੱਲੂ ਚਿੱਲੂ ਉਹਦੇ ਪੈਰ, ਦੇਸ ਦੇਸ ਦਾ, ਕੌਮ ਕੌਮ ਦਾ, ਮਨੁੱਖ ਮਨੁੱਖ ਦਾ ਵੈਰ। ਇਹ ਕਾਵਿ ਸਤਰਾਂ ਪਿਆਰੇ ਵਿਦਿਆਰਥੀਓ ਤੁਹਾਡੇ ਪੰਜਾਬੀ ਦੀ ਪਾਠ ਪੁਸਤਕ ਆਧੁਨਿਕ ਪੰਜਾਬੀ ਕਵਿਤਾ ਦੇ ਵਿੱਚੋਂ ਲਈਆਂ ਗਈਆਂ। ਔਰ ਇਸ ਆਧੁਨਿਕ ਪੰਜਾਬੀ ਕਵਿਤਾ ਦੇ ਵਿੱਚ ਅੰਮ੍ਰਿਤਾ ਪ੍ਰੀਤਮ ਜੀ ਜੋ ਕਵਿਤਾ ਹੈ ਲੋਕ ਪੀੜ, ਉਹਦੀਆਂ ਇਹ ਸਤਰਾਂ। ਇਸ ਕਵਿਤਾ ਦੇ ਵਿੱਚ ਕਵਿਤਰੀ ਨੇ ਬੜੇ ਸਿੰਬੋਲਿਕ ਵੇ 'ਚ, ਬੜੇ ਸੰਕੇਤਕ ਢੰਗ ਨਾਲ ਦੁਨੀਆ ਦੇ ਜੋ ਵੈਰ ਵਿਰੋਧ ਹੈ, ਜੋ ਖੂਨ ਖਰਾਬੇ ਹੈ, ਜੋ ਲੁੱਟ ਖੋਹ ਹੈ, ਜੋ ਜ਼ਬਰ ਜ਼ੁਲਮ ਹੈ, ਭੁੱਖ ਨੰਗ ਹੈ, ਤੇ ਜਿਹੜਾ ਬੇਇਨਸਾਫੀ ਭਰਿਆ ਵਰਤਾਰਾ ਹੈ, ਉਹਦੇ 'ਚ ਜੋ ਪੀੜ
ਉਪਜਦੀ ਹੈ, ਲੋਕ ਪੀੜ ਜੋ ਉਪਜਦੀ ਹੈ ਉਸਦਾ ਬਿਆਨ ਕੀਤਾ ਹੈ। ਅੰਮ੍ਰਿਤਾ ਕਹਿੰਦੀ ਹੈ ਕਿ ਅੱਜ ਦੁਨੀਆ ਦੇ ਧੱਕੇਸ਼ਾਹੀ ਤੇ ਇਨਸਾਫੀ ਭਰੇ ਵਰਤਾਰੇ ਕਾਰਨ ਸਮੇਂ ਦੇ ਨੈਣਾਂ 'ਚ ਜਿਹੜੀਆਂ ਹੈ ਉਹ ਤ੍ਰਾਟਾ ਪੈ ਗਈਆਂ, ਪੈ ਰਹੀਆਂ, ਤੇ ਉਸਦੇ ਪੈਰ ਜਿਹੜੇ ਹੈ ਚਿੱਲੂ ਚਿੱਲੂ ਕਰ ਰਹੇ ਹੈ, ਬਹੁਤ ਤਕਲੀਫ ਦੇ ਵਿੱਚ ਹੈ। ਅੱਜ ਦੁਨੀਆ 'ਚ ਦੇਸ਼ ਦਾ ਦੇਸ਼ ਨਾਲ, ਕੌਮ ਦਾ ਕੌਮ ਨਾਲ, ਮਨੁੱਖ ਦਾ ਮਨੁੱਖ ਨਾਲ ਜਿਹੜਾ ਉਹ ਵੈਰ ਪੈ ਚੁੱਕਿਆ। ਚਿੱਲੂ ਚਿੱਲੂ ਤੋਂ ਭਾਵ ਕੀ ਹੈ, ਜਦੋਂ ਬਹੁਤ ਸੜਨ ਦਾ ਅਹਿਸਾਸ ਜਿਹੜਾ ਹੋ ਰਿਹਾ ਹੋਵੇ, ਤੇ ਤ੍ਰਾਟ ਤ੍ਰਾਟ ਜਦੋਂ ਤੇਜ਼ ਦਰਦ ਉੱਠ ਰਿਹਾ ਹੋਵੇ। ਅੱਗੇ ਕੀ ਲਿਖਦੀ ਅੰਮ੍ਰਿਤਾ, ਗੀਤਾਂ ਦੀ ਧਰਤੀ ਪੀੜ ਪੀੜ, ਸੰਗੀਤ ਦਾ ਘਰ ਕੁਰਲਾਹਟ, ਸ਼ੀਸ਼ ਮਹਿਲ ਤੇ ਰਾਜ ਮਹਿਲ ਚੋਂ ਮੌਤ ਕਦਮ ਦੀ ਆਹਟ। ਅੰਮ੍ਰਿਤਾ ਕਹਿੰਦੀ ਹੈ ਕਿ ਅੱਜ ਸਾਡੇ ਦੇਸ਼ ਗੀਤਾਂ ਦੀ ਤੇ ਸੰਗੀਤ ਦੀ ਧਰਤੀ ਬੰਗਾਲ ਪੂਰੀ ਤਰ੍ਹਾਂ ਪੀੜਿਤ ਹੈ, ਤੇ ਉੱਥੇ ਕੁਰਲਾਹਟ ਮੱਚਿਆ ਹੋਇਆ ਹੈ। ਜਿਸ ਵੇਲੇ ਇਹ ਕਥਾ ਲਿਖੀ ਗਈ ਹੋਏਗੀ, ਉਸ ਵੇਲੇ ਬੰਗਾਲ ਦੀ ਧਰਤੀ ਤੇ ਜੋ ਬੀਤ ਰਿਹਾ ਹੋਏਗਾ ਉਸਨੂੰ ਸਨਮੁਖ ਰੱਖ ਕੇ ਕਵਿਤਰੀ ਜਿਹੜੀ ਹੈ ਵਿਖਿਆਨ ਪੇਸ਼ ਕਰਦੀ ਹੈ, ਆਪਣੇ ਕਾਵਿ ਰਚਨਾ ਜਿਹੜੀ ਹੈ ਉਹ ਲਿਖਦੀ ਦੇਖੀ ਜਾ ਸਕਦੀ ਹੈ। ਤਾਂ ਸ਼ੀਸ਼ ਮਹਿਲ ਲਿਖਾਉਂਦੇ ਸ਼ਹਿਰ ਪੈਰਿਸ ਅਤੇ ਰਾਜ ਮਹਿਲ ਲਿਖਾਉਂਦੇ ਲੰਡਨ ਵਿੱਚੋਂ ਵੀ ਮੌਤਾਂ ਦੀਆਂ ਖਬਰਾਂ ਜਿਹੜੀਆਂ ਉਹ ਆ ਰਹੀਆਂ। ਸੰਗੀਤ ਦੀ ਧਰਤੀ ਇੱਥੇ ਕਿਹਨੂੰ ਕਿਹਾ ਗਿਆ? ਬੰਗਾਲ ਨੂੰ। ਤੇ ਸ਼ੀਸ਼ ਮਹਿਲ ਕਿਹਨੂੰ ਕਿਹਾ ਗਿਆ? ਪੈਰਿਸ ਨੂੰ। ਤੇ ਰਾਜ ਮਹਿਲ ਲੰਡਨ। ਅੱਗੇ ਲਿਖਦੀ ਅੰਮ੍ਰਿਤਾ, ਲੋਕ ਰਾਜ ਦੀ ਧਰਤੀ ਉੱਤੇ ਖੂਨ ਖੂਨ ਅੱਜ ਖੂਨ, ਕਬਜ਼ਾ 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 ਹੋਇਆ ਜਨੂਨ। ਕਿ ਅੱਜ ਲੋਕ ਰਾਜ ਦੀ ਧਰਤੀ ਖਵਾਉਣ ਵਾਲੇ ਰੂਸ 'ਚ ਥਾਂ ਥਾਂ ਜਿਹੜਾ ਖੂਨ ਵਹਿ ਰਿਹਾ। ਅੱਜ ਕੱਲ੍ਹ ਹਰ ਪਾਸੇ ਇੱਕ ਦੂਜੇ ਦੀ ਧਰਤੀ ਜਾਂ ਇੱਕ ਦੂਜੇ ਦੇ ਸਰਮਾਏ ਉੱਤੇ ਕਬਜ਼ਾ ਕਰਨ ਦਾ ਜਨੂਨ ਜਿਹੜਾ ਉਹ ਪਾਗਲਾਂ ਵਾਂਗ ਚੜਿਆ ਹੋਇਆ। ਮਹਾਭਾਰਤ ਜਿੰਨਾ ਮਹਾਭਾਰਤ ਜਿੱਥੇ ਰੋਜ਼ ਰੋਜ਼ ਹਰ ਰੋਜ਼, ਤੇ ਜਿੱਥੇ ਰੋਟੀ ਬਣੀ ਸਵਾਲ, ਕੀ ਆਖੇ ਉੱਥੇ ਦਰਦ, ਉੱਥੇ ਇਸ਼ਕ ਦਰਦ ਤੇ ਸੋਜ਼। ਤੇ ਜਿੱਥੇ ਰੋਟੀ ਬਣੀ ਸਵਾਲ, ਕੀ ਆਖੇ ਉੱਥੇ ਇਸ਼ਕ ਦਰਦ ਤੇ ਸੋਜ਼। ਕਿ ਅੱਜ ਦੁਨੀਆ ਦੇ ਵਿੱਚ ਥਾਂ ਥਾਂ ਹਰ ਰੋਜ਼ ਮਹਾਭਾਰਤ ਜਿਹੜੇ ਮਹਾਭਾਰਤ ਜਿਹੜੇ ਹੈ ਉਹ ਵਾਪਰ ਰਹੇ ਹੈ। ਜਿਸ ਦੇਸ਼ 'ਚ ਰੋਟੀ ਦਾ ਸਵਾਲ ਜਿਹੜਾ ਉਹ ਬਣਿਆ ਖੜਾ ਹੈ, ਰੋਟੀ ਦਾ ਸਵਾਲ ਹੀ ਹੱਲ ਨਹੀਂ ਹੋਇਆ, ਲੋਕਾਂ 'ਚ ਭੁੱਖ ਵਰਤੀ ਪਈ ਹੈ, ਉੱਥੇ ਇਸ਼ਕ ਦਰਦ ਤੇ ਸੋਚ ਦੀਆਂ ਗੱਲਾਂ ਜਿਹੜੀਆਂ ਉਹ ਕੋ ਮਾਣੇ ਨਹੀਂ ਰੱਖਦੀਆਂ, ਉਹਨਾਂ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਬੁਲਬੁਲ ਨੇ ਅੱਜ ਨਗਮੇ ਗਾਣੋ ਕਰ ਦਿੱਤਾ ਇਨਕਾਰ, ਭਿੱਜੇ ਪਲਕ ਅੱਜ ਹੁਸਨ ਦੇ ਤੇ ਜੰਗ ਦੀ ਬਲੀ ਪਿਆਰ। ਅੱਜ ਸੰਸਾਰ ਦੇ ਵਿੱਚ ਜਿਹੜਾ ਉਹ ਲੜਾਈ ਝਗੜੇ ਤੇ ਆਪਸੀ ਵੈਰ ਵਿਰੋਧ ਵਾਲਾ ਵਰਤਾਰਾ ਦੇਖ ਕੇ ਜਿਹੜੀ ਜਿਹੜਾ ਬੁਲਬੁਲ ਹੈ ਉਹਨੇ ਵੀ ਜਿਹੜਾ ਆਪਣਾ ਗੀਤ ਗਾਉਣ ਤੋਂ ਇਨਕਾਰ ਕਰ ਦਿੱਤਾ, ਨਗਮਾ ਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਅੱਜ ਇੱਥੇ ਹਫਸੀਆਂ ਦੇ ਜਬਰ ਦਾ ਸ਼ਿਕਾਰ ਹੋਏ ਹੁਸਨ ਦੀਆਂ ਅੱਖਾਂ ਭਿੱਜੀਆਂ ਹੋਈਆਂ ਤੇ ਪਿਆਰ ਜੰਗ ਦੀ ਬਲੀ ਚੜ ਗਿਆ ਦੇਖਿਆ ਜਾ ਸਕਦਾ ਹੈ। ਇਹ ਸੀ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਲੋਕ ਪੀੜ। ਲੋਕ ਪੀੜ ਨੂੰ ਕਿਸ ਢੰਗ ਨਾਲ ਕਵਿਤਾ ਦੇ ਵਿੱਚ ਬਿਆਨ ਕੀਤਾ ਹੈ ਉਹ ਤੁਸੀਂ ਇਸ ਕਵਿਤਾ ਦੇ ਵਿੱਚ ਜ਼ਰੂਰ ਮਹਿਸੂਸ ਕੀਤਾ ਹੋਊਗਾ। ਅਗਲੀ ਕਵਿਤਾ ਅੰਮ੍ਰਿਤਾ ਪ੍ਰੀਤਮ ਦੀ ਕਿੱਕਰਾ ਵੇ ਕੰਡਿਆਲਿਆ। ਕਿੱਕਰਾ ਵੇ ਕੰਡਿਆਲਿਆ ਇਹ ਕਵਿਤਾ ਦਾ ਸਿਰਲੇਖ ਹੈ। ਕਿੱਕਰਾ ਵੇ ਕੰਡਿਆਲਿਆ ਉੱਤੋਂ ਚੜਿਆ ਚੇਤ, ਜਾਗ ਪਈਆਂ ਅੱਜ ਪੈਲੀਆਂ, ਜਾਗ ਪਏ ਅੱਜ ਖੇਤ। ਕਿੱਕਰਾ ਵੇ ਕੰਡਿਆਲਿਆ ਚੜਿਆ ਅੱਜ ਵਿਸਾਖ, ਸਾਮਰਾਜ ਦੇ ਮੂੰਹ ਤੇ ਉੱਡ ਉੱਡ ਪੈਂਦੀ ਰਾਖ। ਕਿੱਕਰਾ ਵੇ ਕੰਡਿਆਲਿਆ ਉੱਤੋਂ ਚੜਿਆ ਜੇਠ, ਉਸਲ ਵੱਟੇ ਭੰਨਦੀ ਧਰਤੀ ਤੇਰੇ ਹੇਠ। ਕਿੱਕਰਾ ਵੇ ਕੰਡਿਆਲਿਆ ਉੱਤੋਂ ਚੜਿਆ ਹਾੜ, ਕਿੰਨਾ ਕੁ ਚਿਰ ਹੰਢਦੀ ਕੱਖ ਕਾਣ ਦੀ ਆੜ। ਇਹ ਕਾਫ ਸਤਰਾਂ ਜਿਹੜੀਆਂ ਹੈ ਆਧੁਨਿਕ ਪੰਜਾਬੀ ਕਵਿਤਾ ਪੁਸਤਕ ਦੇ ਵਿੱਚੋਂ
ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਕਿੱਕਰਾਂ ਵੇ ਕੰਡਿਆਲਿਆਂ ਦੇ ਵਿੱਚ ਦਰਜ ਹੈ। ਇਸ ਕਵਿਤਾ ਦੇ ਵਿੱਚ ਕਵਿਤਰੀ ਨੇ ਜਾਗਰਤ ਹੋ ਚੁੱਕੀ ਮਜ਼ਦੂਰ ਕਿਸਾਨ ਜਮਾਤ ਤੇ ਢਹਿ ਢਹਿਰੀ ਹੋ ਰਹੇ ਜਗੀਰਦਾਰੀ ਸਰਮਾਏਦਾਰੀ ਪ੍ਰਬੰਧ ਦਾ ਜ਼ਿਕਰ ਜਿਹੜਾ ਹੈ ਉਹ ਕੀਤਾ। ਇਹਨਾਂ ਸਤਰਾਂ ਦੇ ਵਿੱਚ ਉਹ ਕਿਸਾਨਾਂ ਦੀ ਜਾਗਰਤ ਤੇ ਢਹਿ ਢਹਿਰੀ ਹੋ ਰਹੇ ਸਾਮਰਾਜ ਦਾ ਜ਼ਿਕਰ ਕਰਦੀ ਹੈ। ਮਿਸਾਲ ਦੇ ਤੌਰ ਤੇ ਇਸ ਕਵਿਤਾ ਨੂੰ ਜੇ ਤੁਸੀਂ ਅੱਜ ਦੇ ਜੋ ਕਿਸਾਨੀ ਸੰਘਰਸ਼ ਹੈ ਉਹਦੇ ਸੰਦਰਭ ਦੇ ਵਿੱਚ ਰੱਖ ਕੇ ਦੇਖੋ ਤਾਂ ਤੁਹਾਨੂੰ ਮਹਿਸੂਸ ਹੋਊਗਾ ਕਿ ਇਹ ਕਵਿਤਾ ਅੱਜ ਵੀ ਓਨੀ ਹੀ ਮਹੱਤਵਪੂਰਨ ਹੈ ਜਿੰਨੀ ਜਦੋਂ ਇਹ ਲਿਖੀ ਗਈ ਸੀ ਉਦੋਂ ਸੀ। ਅੱਜ ਵੀ ਸਾਡਾ ਖੇਤ ਮਜ਼ਦੂਰ ਕਿਸਾਨ ਸਾਮਰਾਜ ਦੇ ਨਾਲ ਟੱਕਰ ਲੈਣ ਲਈ ਦਿੱਲੀ ਦੇ ਵਿੱਚ ਡੇਰੇ ਲਾਈ ਬੈਠਾ ਹੈ ਔਰ ਆਪਣੀ ਜਿੱਤ ਦੇ ਲਈ ਸੰਘਰਸ਼ ਕਰ ਰਿਹਾ। ਉਹ ਜਿੱਤ ਕਾਸਦੀ ਹੈ ਉਹਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦੀ ਹੈ ਜਿਨ੍ਹਾਂ ਕਾਲੇ ਕਾਨੂੰਨਾਂ ਨਾਲ ਕੇਵਲ ਕਿਸਾਨ ਨੂੰ ਨਹੀਂ ਸਗੋਂ ਗਰੀਬ ਦੁਕਾਨਦਾਰ ਨੂੰ ਹੋਰ ਬਹੁਤ ਸਾਰੇ ਲੋਕਾਂ ਨੂੰ ਜੋ ਆਮ ਤਬਕੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੂੰ ਬਹੁਤ ਵੱਡਾ ਅਸਰ ਪੈਣ ਵਾਲਾ ਹੈ। ਉਹਨਾਂ ਕਾਲੇ ਕਾਨੂੰਨਾਂ ਦੇ ਸਦਕਾ ਉਹਨਾਂ ਕਾਨੂੰਨਾਂ ਨੂੰ ਵਾਪਸ ਕਰਾਉਣ ਲਈ ਸਾਡਾ ਅੰਨਦਾਤਾ ਸਾਡਾ ਖੇਤ ਮਜ਼ਦੂਰ ਸਾਡਾ ਹਰ ਵਰਗ ਜਿਹੜਾ ਹੈ ਉਹ ਦਿੱਲੀ ਦੇ ਵਿੱਚ ਜਨ ਅੰਦੋਲਨ ਜਿਹੜਾ ਲੜ ਰਿਹਾ। ਤਾਂ ਇਹਨਾਂ ਸਤਰਾਂ ਦੇ ਵਿੱਚ ਕਵਿਤਰੀ ਅੰਮ੍ਰਿਤਾ ਪ੍ਰੀਤਮ ਕੀ ਆਖਦੀ ਹੈ ਕਿ ਹੇ ਕੰਡਿਆਲੇ ਕਿੱਕਰਾ ਕਿੱਕਰ ਨੂੰ ਕਹਿ ਰਹੀ ਹੈ ਕੰਡਾਲੀਏ ਕਿੱਕਰੇ ਹੇ ਕੰਡਾਲਿਆ ਕਿੱਕਰਾ ਚੇਤ ਮਹੀਨਾ ਆ ਗਿਆ ਅੱਜ ਖੇਤਾਂ ਤੇ ਪੈਲੀਆਂ ਦੇ ਵਿੱਚ ਜਾਗਰਤੀ ਆ ਗਈ ਹੈ ਭਾਵ ਖੇਤਾਂ 'ਚ ਕੰਮ ਕਰਨ ਵਾਲੇ ਕਾਮਿਆਂ ਤੇ ਕਿਸਾਨਾਂ 'ਚ ਆਏ ਆਪਣੇ ਹੱਕਾਂ ਪ੍ਰਤੀ ਜਾਗਰਤੀ ਜਿਹੜੀ ਹੈ ਉਹ ਪੈਦਾ ਹੋ ਗਈ। ਇਹ ਕੰਡਿਆਲੇ ਕਿੱਕਰਾ ਅੱਜ ਵਿਸਾਖ ਦਾ ਮਹੀਨਾ ਚੜ੍ਹ ਪਿਆ ਅੱਜ ਸਾਮਰਾਜ ਦੇ ਮੂੰਹ ਤੇ ਸੁਆਹ ਉੱਡ ਉੱਡ ਕੇ ਪੈ ਰਹੀ ਹੈ ਭਾਵ ਸਾਮਰਾਜ ਦਾ ਖਾਤਮਾ ਹੋ ਰਿਹਾ। ਇਹ ਕੰਡਿਆਲੇ ਕਿੱਕਰਾ ਉੱਤੋਂ ਜੇਠ ਦਾ ਮਹੀਨਾ ਚੜ੍ਹ ਪਿਆ ਤੇਰੇ ਹੇਠ ਅੱਜ ਧਰਤੀ ਉਸਲ ਵੱਟੇ ਭਰ ਰਹੀ ਹੈ ਭਾਵ ਕ੍ਰਾਂਤੀ ਲਈ ਤਿਆਰ ਹੋ ਰਹੀ ਹੈ। ਇਹ ਕੰਡਿਆਲੇ ਕਿੱਕਰਾ ਉੱਤੋਂ ਹੜ੍ਹ ਦਾ ਮਹੀਨਾ ਚੜ੍ਹ ਪਿਆ ਆਖਿਰ ਕੱਖ ਕਾਣ ਦੀ ਝੁੱਗੀ ਦੇ ਆਸਰੇ ਕਿੰਨਾ ਕੁ ਚਿਰ ਕੱਟਿਆ ਜਾ ਸਕਦਾ ਹੈ। ਇਹਦੇ ਚ ਰਹਿੰਦੇ ਕਿਰਤੀਆਂ ਨੇ ਆਖਿਰ ਆਪਣੇ ਹੱਕਾਂ ਲਈ ਘੋਲ ਤਾਂ ਲੜਨਾ ਹੀ ਲੜਨਾ ਹੈ ਚਾਹੇ ਕੁਝ ਵੀ ਹੋ ਜੇ। ਸਾਮਰਾਜ ਸ਼ਬਦ ਇਹਦੇ ਵਿੱਚ ਜਿਹੜਾ ਆਇਆ ਉਹਦੇ ਬਾਰੇ ਗੱਲ ਕਰੀਏ ਕਿ ਆਮ ਤੌਰ ਤੇ ਸਾਮਰਾਜ ਦੂਜੇ ਦੇਸ਼ ਨੂੰ ਗੁਲਾਮ ਬਣਾਉਣ ਵਾਲੀ ਹਕੂਮਤ ਨੂੰ ਜਿਹੜਾ ਸਾਮਰਾਜ ਕਹਿ ਦਿੱਤਾ ਜਾਂਦਾ ਹੈ। ਲੇਕਿਨ ਸਾਡੇ ਆਪਣੇ ਲੀਡਰ ਹੀ ਜਿਹੜੇ ਹੈ ਸਾਡੇ ਆਪਣੇ ਰਾਜਨੇਤਾ ਜਿਹੜੇ ਹੈ ਉਹ ਸਾਮਰਾਜੀ ਤਾਕਤਾਂ ਦੇ ਨਾਲ ਰਲ ਕੇ ਸਾਡਾ ਘਾਣ ਕਰਨ ਤੇ ਤੁਲੇ ਹੋਏ ਜਿਹਦੇ ਕਰਕੇ ਜਨ ਅੰਦੋਲਨ ਦਿੱਲੀ ਦੇ ਵਿੱਚ ਸ਼ੁਰੂ ਹੋ ਚੁੱਕਿਆ। ਕਿੱਕਰਾਂ ਵੇ ਕੰਡਿਆਲਿਆ ਅੱਗੋਂ ਚੜ੍ਹਿਆ ਸੌਣ ਦਾਵਾ ਨਾਲ ਹੈ ਸਮੇਂ ਦੀ ਰੋਕ ਸਕੇ ਅੱਜ ਕੌਣ। ਕਿੱਕਰਾਂ ਵੇ ਕੰਡਿਆਲਿਆ ਭਾਦੋਂ ਹੈ ਇਸ ਵੇਰ ਵਿਲਣ ਵਿੱਚ ਨਪੀੜੀਆਂ ਛਿੱਲਾਂ ਉੱਗੀਆਂ ਫੇਰ। ਕਿੱਕਰਾਂ ਵੇ ਕੰਡਿਆਲਿਆ ਅੱਸੂ ਚੜ੍ਹਿਆ ਅੱਜ ਅੱਜ ਨਾ ਲਾਰੇ ਲੱਗਦੇ ਅੱਜ ਨਾ ਪੈਂਦੇ ਪੱਜ। ਕਿੱਕਰਾਂ ਵੇ ਕੰਡਿਆਲਿਆ ਕੱਤਕ ਬਦਲੇ ਤੌਰ ਨਵੇਂ ਜੁਗਾਂ ਦੇ ਬੁੱਤ ਵਿੱਚ ਨਵੇਂ ਲਹੂ ਦਾ ਤੌਰ। ਤਾਂ ਕਵਿਤਰੀ ਕੀ ਕਹਿੰਦੀ ਹੈ ਵੀ ਕੰਡਿਆਲੇ ਕਿੱਕਰਾ ਅੱਗੋਂ ਸਾਵਣ ਦਾ ਮਹੀਨਾ ਚੜ੍ਹ ਪਿਆ ਸਮੇਂ ਨੇ ਜੋ ਦਾਣਾ ਵੱਲ ਦਾਵਾ ਨਾਲ ਦੀ ਅੱਗ ਲਾ ਕੇ ਪੁਰਾਤਨ ਜਿਹੜੇ ਆਰਥਿਕ ਪ੍ਰਬੰਧ ਹੈ ਉਹਨੂੰ ਫੂਕਣਾ ਸ਼ੁਰੂ ਕੀਤਾ ਉਹਨੂੰ ਕੋਈ ਰੋਕ ਨਹੀਂ ਸਕਦਾ। ਐ ਕੰਡਿਆਲੇ ਕਿੱਕਰਾ ਹੁਣ ਭਾਦੋਂ ਦਾ ਮਹੀਨਾ ਚੜ੍ਹਿਆ ਵੇਲਣ ਵਿੱਚ ਨਪੀੜ ਕੇ ਛਿੱਲਾਂ ਬਣੀਆਂ ਚੀਜ਼ਾਂ ਜਿਹੜੀਆਂ ਉਹ ਮੁੜ ਉੱਗ ਪਈਆਂ ਭਾਵ ਨਪੀੜੇ ਤੇ ਦੱਬੇ ਕੁਚਲੇ ਕਿਰਤੀ ਕਿਸਾਨ ਫਿਰ ਜਾਗ ਪਏ ਹੈ। ਇਹ ਕੰਡਿਆਲੇ ਕਿੱਕਰਾ ਅੱਜ ਅੱਸੂ ਦਾ ਮਹੀਨਾ ਚੜ੍ਹ ਗਿਆ ਅੱਜ ਨਾ ਲਾਰੇ ਲਾ ਕੇ ਤੇ ਨਾ ਹੀ ਪੱਜ ਲਾ ਕੇ ਸਮੇਂ ਦੇ ਬਦਲਣ ਨੂੰ ਰੋਕਿਆ ਜਾ ਸਕਦਾ ਹੈ। ਇਹ ਕੰਡਿਆਲੇ ਕਿੱਕਰਾ ਕੱਤਕ ਦੇ ਮਹੀਨੇ ਨੇ ਚੜ੍ਹਦਿਆਂ ਹੀ ਤੌਰ ਤਰੀਕੇ ਬਦਲ ਦਿੱਤੇ ਹੈ ਨਵੇਂ ਯੁੱਗ ਤੇ ਪੁੱਤ ਵਿੱਚ ਨਵੇਂ ਦੌਰ ਦਾ ਲਹੂ ਵਗ ਰਿਹਾ ਅਰਥਾਤ ਇਨਕਲਾਬੀ ਵਿਚਾਰਾਂ ਨੇ ਪੁਰਾਤਨਤਾ ਨੂੰ ਬਦਲ ਕੇ ਰੱਖ ਦਿੱਤਾ ਹੈ। ਦਾਵਾ ਨਾਲ ਕੀ ਹੁੰਦਾ ਸ਼ਬਦ ਆਇਆ ਸੀ ਦਾਵਾ ਨਾਲ ਦੀ ਅੱਗ ਹੁੰਦੀ ਜੰਗਲ ਦੀ ਅੱਗ ਜਿਹੜੀ ਜੰਗਲਾਂ ਦੇ ਵਿੱਚ ਹਨੇਰੀ ਚੱਲਣ ਨਾਲ ਬਾਂਸਾਂ ਦੀ ਰਗੜ ਤੋਂ ਹੀ ਪੈਦਾ ਹੋ ਜਾਂਦੀ ਹੈ। ਕਿੱਕਰਾਂ ਵੇ ਕੰਡਿਆਲਿਆ ਮੱਕਰ ਚੜ੍ਹਿਆ ਆਣ ਕੋਈ ਇੱਕ ਪੱਤਰੀ ਲੋਹੇ ਦੀ ਜੀਕਣ ਚੜ੍ਹਦੀ ਸਾਣ। ਕਿੱਕਰਾਂ ਵੇ ਕੰਡਿਆਲਿਆ ਉੱਤੋਂ ਚੜ੍ਹਿਆ ਪੋ ਹੱਕ ਜਿਨ੍ਹਾਂ ਦੇ ਆਪਣੇ ਆਪੇ ਲੈਣਗੇ ਖੋ।
ਕਿੱਕਰਾਂ ਵੇ ਕੰਡਿਆਲਿਆ ਉੱਤੋਂ ਚੜਿਆ ਮਾਘ ਕਰਨ ਸਵਾਰੀ ਸਮੇਂ ਤੇ ਫੜਨ ਸਮੇਂ ਦੀ ਵਾਗ ਕਿੱਕਰਾਂ ਵੇ ਕੰਡਿਆਲਿਆ ਫੱਗਣ ਚੜਿਆ ਆਣ ਲੋਕਾਂ ਦੇ ਇਸ ਯੁੱਗ ਵਿੱਚ ਲੋਕ ਚੜਨ ਪਰਵਾਨ। ਇਹ ਕੰਡਿਆਲੇ ਕਿੱਕਰਾਂ ਮੱਗਲ ਦਾ ਮਹੀਨਾ ਆ ਚੜਿਆ ਹੈ। ਇਹ ਇਸ ਤਰ੍ਹਾਂ ਦਾ ਚੜਿਆ ਹੈ ਜਿਵੇਂ ਕੋਈ ਲੋਹੇ ਦੀ ਪੱਤਰੀ ਤਿੱਖੀ ਕਰਨ ਲਈ ਸਾਣ ਉੱਤੇ ਚੜਾਈ ਜਾਂਦੀ ਹੈ, ਭਾਵ ਇਸ ਵਿੱਚ ਆਪਣੇ ਹੱਕ ਖੋਣ ਲਈ ਤਿਆਰ ਹੋ ਰਹੇ ਕਿਰਤੀ ਆਪਣੇ ਹਥਿਆਰ ਤਿੱਖੇ ਕਰ ਰਹੇ ਹੈ। ਇਹ ਕੰਡਿਆਲੇ ਕਿੱਕਰਾਂ ਉੱਤੋਂ ਪੋਹ ਦਾ ਮਹੀਨਾ ਚੜ ਪਿਆ ਹੈ। ਜਿਨ੍ਹਾਂ ਦੇ ਹੱਕ ਆਪਣੇ ਹੈ ਉਹ ਆਪੇ ਹੀ ਖੋ ਲੈਣਗੇ, ਉਹਨਾਂ ਨੇ ਆਪਣੇ ਹੱਕ ਖੋਣੇ ਹੀ ਖੋਣੇ ਹੈ। ਹੇ ਕੰਡਿਆਲੇ ਕਿੱਕਰਾਂ ਉੱਤੋਂ ਮਾਘ ਦਾ ਮਹੀਨਾ ਚੜ ਪਿਆ ਹੈ। ਅੱਜ ਲੋਕ ਸਮੇਂ ਦੀ ਵਾਗ ਫੜ ਕੇ ਤੇ ਉਸ ਤੇ ਸਵਾਰੀ ਕਰ ਰਹੇ ਹੈ, ਭਾਵ ਅੱਜ ਦੇ ਜ਼ਮਾਨੇ 'ਚ ਉਹ ਕੁਝ ਹੋ ਰਿਹਾ ਜੋ ਲੋਕ ਚਾਹੁੰਦੇ ਹੈ। ਹੇ ਕੰਡਿਆਲੇ ਕਿੱਕਰਾਂ ਫੱਗਣ ਦਾ ਮਹੀਨਾ ਆ ਗਿਆ, ਲੋਕਾਂ ਦੇ ਇਸ ਯੁੱਗ ਵਿੱਚ ਲੋਕ ਹੀ ਪੂਰੇ ਜਿਹੜੇ ਆ ਉਤਰ ਰਹੇ ਹੈ ਤੇ ਲੋਕਾਂ ਨੂੰ ਹੀ ਪੂਰਾ ਉਤਰਨਾ ਪਊਗਾ। ਚੜ੍ਹਨ ਪ੍ਰਵਾਨ ਭਾਵ ਪ੍ਰਵਾਨ ਉਹ ਚੜ੍ਹਦੇ ਆ, ਪੂਰੇ ਉਹ ਉਤਰਦੇ ਆ ਜਿਹੜੇ ਸੰਘਰਸ਼ ਦੇ ਰਾਹ ਚੜ੍ਹਦੇ ਆ। ਤਾਂ ਇਹ ਸੀ ਕਿੱਕਰਾਂ ਵੇ ਕੰਡਿਆਲਿਆਂ ਦੇ ਮਾਧਿਅਮ ਰਾਹੀਂ ਅੰਮ੍ਰਿਤਾ ਪ੍ਰੀਤਮ ਦੀ ਇਹ ਖੂਬਸੂਰਤ ਕਵਿਤਾ ਕਿੱਕਰਾਂ ਵੇ ਕੰਡਿਆਲਿਆਂ, ਜਿਸ ਦੇ ਰਾਹੀਂ ਉਸਨੇ ਖੇਤ ਮਜ਼ਦੂਰਾਂ ਦੀ ਜਾਂ ਕਿਸਾਨਾਂ ਦੇ ਵਿੱਚ ਆ ਰਹੀ ਕ੍ਰਾਂਤੀ ਦੀ ਗੱਲ ਕੀਤੀ ਹੈ। ਔਰ ਉਸੇ ਕ੍ਰਾਂਤੀ ਦਾ ਹੀ ਨਤੀਜਾ ਹੈ ਕਿ ਇੰਨਾ ਲੰਬਾ ਸਮਾਂ ਪਹਿਲਾਂ ਲਿਖੀ ਗਈ ਇਹ ਕਵਿਤਾ ਅੱਜ ਵੀ ਆਪਣਾ ਅਸਰ ਜਿਹੜਾ ਹੈ ਉਹ ਰੱਖਦੀ ਹੈ। ਜੋ ਜਨ ਅੰਦੋਲਨ 2020 ਚੱਲ ਰਿਹਾ ਦਿੱਲੀ ਦੇ ਵਿੱਚ, ਉਹਦੇ ਨਾਲ ਵੀ ਇਹਦੀ ਜਿਹੜੀ ਰੈਲੇਵੈਂਸੀ ਹੈ, ਉਹਦੇ ਨਾਲ ਵੀ ਜਿਹੜਾ ਇਹਦਾ ਸੰਬੰਧ ਹੈ ਉਹ ਸਥਾਪਿਤ ਹੁੰਦਾ ਦੇਖਿਆ ਜਾ ਸਕਦਾ ਹੈ। ਪਿਆਰੇ ਵਿਦਿਆਰਥੀਓ, ਇਹ ਸੀ ਅੰਮ੍ਰਿਤਾ ਪ੍ਰੀਤਮ। ਅੰਮ੍ਰਿਤਾ ਪ੍ਰੀਤਮ ਦੀਆਂ ਜੀਵਨ ਬਾਰੇ ਕੁਝ ਗੱਲਾਂ, ਅੰਮ੍ਰਿਤਾ ਪ੍ਰੀਤਮ ਦੀ ਰਚਨਾ ਬਾਰੇ ਕੁਝ ਗੱਲਾਂ ਤੇ ਅੰਮ੍ਰਿਤਾ ਪ੍ਰੀਤਮ ਦੀਆਂ ਦੋ ਕਵਿਤਾਵਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਸ ਵੀਡੀਓ ਲੈਕਚਰ ਨੂੰ ਬੜੇ ਤਹੱਮਲ ਦੇ ਨਾਲ ਸੁਣੋਗੇ ਔਰ ਆਪਣੇ ਸਿਲੇਬਸ ਦੇ ਵਾਸਤੇ ਇਸ ਨੂੰ ਤਿਆਰ ਕਰੋਗੇ। ਇਹਨਾਂ ਸ਼ਬਦਾਂ ਨਾਲ ਅੱਗੇ ਫਿਰ ਕਿਸੇ ਨਵੇਂ ਲੈਕਚਰ ਦੇ ਨਾਲ ਤੁਹਾਡੇ ਸਨਮੁਖ ਪੇਸ਼ ਹੋਵਾਂਗਾ। ਤਦ ਤੱਕ ਲਈ ਇਜਾਜ਼ਤ ਦਿਓ, ਧੰਨਵਾਦ।